ਭਗਤਾਂ ਦਾ ਸੈਲਾਬ ਉਮੜਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸ਼ਾਮਲ ਹੋਣਗੇ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੁਰੀ ਦੀਆਂ, ਓਡੀਸ਼ਾ ਦੀਆਂ। ਤਾਂ ਓਡੀਸ਼ਾ ਦੇ ਪੁਰੀ ਦੇ ਵਿੱਚ ਭਗਤਾਂ ਦਾ ਸੈਲਾਬ ਉਮੜਿਆ ਹੈ ਔਰ ਕਿਸ ਤਰੀਕੇ ਦੇ ਨਾਲ ਇੱਥੇ ਸਮਾਗਮ ਆਯੋਜਿਤ ਹੈ ਔਰ ਸਵੇਰ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬਿਲਕੁਲ ਤਾਜ਼ਾ ਤਸਵੀਰਾਂ ਨੇ, ਸਵੇਰ ਵੇਲੇ ਦੀਆਂ ਤਸਵੀਰਾਂ ਨੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦਾ ਇਹ ਹਜੂਮ ਲੋਕਾਂ ਦਾ, ਸ਼ਰਧਾਲੂਆਂ ਦਾ ਨਜ਼ਰ ਆ ਰਿਹਾ। ਦੂਸਰੇ ਪਾਸੇ ਕਿਸ ਤਰੀਕੇ ਦੇ ਨਾਲ ਇੱਥੇ ਭਗਤੀ ਭਾਵਨਾ ਦੇ ਵਿੱਚ ਨ੍ਰਿਤ ਕੀਤਾ ਜਾ ਰਿਹਾ ਵੀ ਦੇਖਿਆ ਜਾ ਸਕਦਾ। ਮੰਗਲਾ ਆਰਤੀ ਸਵੇਰੇ 4 ਦੀ ਬਜਾਏ 2 ਵਜੇ ਹੋਈ ਹੈ ਔਰ ਇਸ ਤੋਂ ਪਹਿਲਾਂ 1971 ਦੇ ਵਿੱਚ ਵੀ ਰੱਥ ਯਾਤਰਾ 2 ਦਿਨ ਦੀ। ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਹੁੰਚ ਰਹੇ ਨੇ ਔਰ ਇੱਥੇ ਦੇਖਿਆ ਜਾ ਸਕਦਾ ਸੁਰੱਖਿਆ ਦਸਤਿਆਂ ਦੀ ਜਿਹੜੀ ਟੁਕੜੀ ਆ ਉਹ ਵੀ ਤੈਨਾਤ ਹੈ। ਸੁਭਾਵਿਕ ਤੌਰ 'ਤੇ ਸਿਕਿਉਰਟੀ ਦੇ ਲਈ ਇਹ ਸਾਰਾ ਬੰਦੋਬਸਤ ਕੀਤਾ ਗਿਆ ਹੈ। ਤਾਂ ਮੰਗਲਾ ਆਰਤੀ ਤੋਂ ਬਾਅਦ ਕਰੀਬ 2:30 ਵਜੇ ਦਸਵੀਂ ਦੀ ਦਸ਼ਾਵਤਾ ਪੂਜਨ ਹੋਇਆ ਹੈ। ਪੂਜਾ ਤੋਂ ਬਾਅਦ ਭਗਵਾਨ ਨੂੰ ਖਿਚੜੀ ਦਾ ਭੋਗ ਲਗਵਾਇਆ ਜਾਏਗਾ। ਉਸ ਤੋਂ ਬਾਅਦ ਰੱਥਾਂ ਦੀ ਪੂਜਾ ਹੋਏਗੀ। ਭਗਵਾਨ ਨੂੰ ਖਾਸ ਕੱਪੜੇ ਦੇ ਵਿੱਚ ਲਪੇਟ ਕੇ ਮੰਦਰ ਤੋਂ ਬਾਹਰ ਲਾਇਆ ਜਾਏਗਾ। ਦੇਸ਼ ਭਰ ਦੇ ਵਿੱਚ ਵੀ ਦੱਸ ਦਈਏ ਕਿ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਵੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਅਹਿਮਦਾਬਾਦ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸ ਦਈਏ ਕਿ ਮੰਗਲਾ ਆਰਤੀ ਕੀਤੀ ਔਰ ਮੰਗਲਾ ਆਰਤੀ ਤੋਂ ਕਰੀਬ 2:30 ਵਜੇ ਦਸ਼ਾਵਤਾ ਪੂਜਨ ਹੋਇਆ ਹੈ ਔਰ ਦੱਸ ਦਈਏ ਕਿ ਸੂਰਯ ਪੂਜਨ ਹੋਏਗਾ। ਉਸ ਤੋਂ ਬਾਅਦ ਭਗਵਾਨ ਨੂੰ ਖਿਚੜੀ ਦਾ ਭੋਗ ਲਗਾਇਆ ਜਾਏਗਾ। ਉਸ ਤੋਂ ਬਾਅਦ ਰੱਥਾਂ ਦੀ ਪੂਜਾ ਹੋਏਗੀ। ਖਾਸ ਤੌਰ 'ਤੇ ਭਗਵਾਨ ਨੂੰ ਖਾਸ ਕੱਪੜਿਆਂ ਦੇ ਵਿੱਚ ਲਪੇਟ ਕੇ ਮੰਦਰ ਤੋਂ ਬਾਹਰ ਲਿਆਇਆ ਜਾਏਗਾ। ਰੱਥ ਯਾਤਰਾ ਦੇ ਵਿੱਚ ਜ਼ਿਆਦਾ ਭੀੜ ਹੋਣ ਦੀ ਸੰਭਾਵਨਾ ਹੈ, ਇਸ ਲਈ ਭਗਵਾਨ ਦੇ ਦੱਸ ਦਈਏ ਕਿ ਨਵਯੋਵਨ ਦਰਸ਼ਨ ਨਹੀਂ ਹੋਣਗੇ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਰੱਥ ਯਾਤਰਾ ਕੱਢੀ ਗਈ ਹੈ। ਪੂਜਾ ਵਿਧੀਆਂ ਦੇ ਚੱਲਦੇ ਰੱਥ ਯਾਤਰਾ ਸ਼ਾਮ ਨੂੰ 5 ਵਜੇ ਤੱਕ ਸ਼ੁਰੂ ਹੋਈ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ। ਮੰਗਲਾ ਆਰਤੀ ਕੀਤੀ ਗਈ ਹੈ, ਦੂਸਰੀ ਤਸਵੀਰ ਦਿਖਾ ਰਹੇ ਹਾਂ ਅਮਿਤ ਸ਼ਾਹ।